ਦੋ ਬੱਚੇ ਆ ਮੇਰੇ, ਦੋ ਮੁੰਡੇ ਆ ਜੀ, ਦੋ ਬੇਟੇ ਆ, ਨਿੱਕੇ ਨਿੱਕੇ ਆ ਜੀ, ਆਹ ਮੇਰੀ ਨੂੰਹ, ਆਹ ਮੇਰੀ ਨੂੰਹ ਆ ਜੀ। ਇੱਕ ਮੇਰੇ ਘਰ ਵਾ, ਇੱਕ ਮੇਰੇ ਪੁੱਤ ਸੀ ਜੀ, ਜਾਂਦੇ ਸੀ ਜੀ ਰੋਡ 'ਤੇ ਚੜ੍ਹੇ, ਉਧਰੋਂ ਜਾਂਦੇ ਜੀ ਬੁੱਗੀਪੁਰੇ ਰੋਡ 'ਤੇ ਚੜ੍ਹਦੇ, ਬਸ ਅਸੀਂ ਪਾਸੇ ਦੋ ਜੀ, ਆਹ ਚਾਂਸ ਹੋਇਆ ਜੀ। ਮੇਰੇ ਉਹਦੇ ਬੇਟੇ, ਦੋ ਮੁੰਡੇ ਆ ਜੀ, ਦੋ ਬੇਟੇ ਆ, ਨਿੱਕੇ ਨਿੱਕੇ ਆ ਜੀ, ਆਹ ਮੇਰੀ ਨੂੰਹ, ਆਹ ਮੇਰੀ ਨੂੰਹ ਆ ਜੀ। ਕੋਈ ਪਤਾ ਲੱਗਾ ਜੀ, ਮੈਂ ਤਾਂ ਘਰੇ ਬੈਠੀ ਹਾਂ, ਇਹ ਵੀ ਵਿਚਾਰੀ ਕੰਮ 'ਤੇ ਸੀਗੀ, ਮੈਂ ਇਕੱਲੀ ਘਰੇ, ਮੇਰੇ ਪੋਤੇ ਸੀ ਮੇਰੇ ਕੋਲ, ਦੋਨੇ ਆਹ ਪਾਣਾ ਬੀਤਿਆ ਜੀ। ਮੇਰੇ ਪਸ਼ੂ ਦੇਖਣ ਚੱਲੇ ਸੀ ਘਰੋਂ, ਚੰਗੇ ਬਣੇ ਗਏ ਆ, 5:30 ਵਜੇ ਬਸ ਸਾਨੂੰ ਤਾਂ ਹੀ ਪਤਾ ਲੱਗਾ ਵੀ ਉੱਥੇ ਐਕਸੀਡੈਂਟ ਹੋਇਆ, ਜਦੋਂ ਜਾ ਕੇ ਦੇਖਿਆ ਉਹ ਹੈ ਹੀ ਨਹੀਂ ਸੀਗੇ ਮੇਰੇ, ਦੋ ਬੱਚੇ ਆ ਮੇਰੇ, ਬਾਡੀ ਮੇਕਰ 'ਤੇ ਲੱਗੇ ਹੋਏ ਸੀਗੇ। ਇੱਕ ਮੇਰਾ ਸਹੁਰਾ ਸੀ, ਸੱਸ ਸੀ, ਵੱਡਾ ਜਿਹੜਾ ਤਾਂ ਦਿੱਲੀ ਹੋਈ ਰਹਿੰਦਾ, ਅਸੀਂ ਮੋਗੇ ਰਹਿੰਦੇ ਸੀਗੇ ਕੰਮ ਕਰਦੇ ਕਰਕੇ, ਜਵਾਕ ਵੀ ਉੱਥੇ ਹੀ ਪੜ੍ਹਦੇ ਆ। ਮੇਰਾ ਨਾਂ ਗੁਰਮੇਲ ਸਿੰਘ ਹੈ ਜੀ। ਇਹ ਜੀ ਸਾਡੇ ਆਪਣੀ ਉਹਦੀ ਭੈਣ ਦੇ ਘਰ ਇੱਥੇ ਰਹਿੰਦੇ ਸੀਗੇ ਅੱਜ ਤੋਂ 18-20 ਸਾਲ ਤੋਂ ਪੁਰਾਣੇ, ਇੱਥੋਂ ਵਾਲਾ ਜਿਹੜਾ ਪਰਿਵਾਰ ਉਹ ਬਾਹਰ ਗਿਆ ਵਾ ਸੀਗਾ ਅਤੇ ਇੱਥੇ ਗਰੀਬ ਪਰਿਵਾਰ ਨਾਲ ਹੀ ਸੰਬੰਧਿਤ ਰੱਖਦੇ ਹੈ, ਅਤੇ ਕੱਲ੍ਹ ਕਿਤੇ ਇਹ ਆਪਦਾ ਇੱਥੇ ਕੋਈ ਗਾਂ ਵੇਖਣ ਗਏ ਸੀ, ਗਾਂ ਲੈਣੀ ਸੀਗੀ ਚੋਣ ਗਏ ਸੀ ਉਹਨੂੰ, ਅਤੇ ਜਦੋਂ ਬੋਨਾ ਟੱਪ ਕੇ ਮੇਨ 'ਤੇ ਚੜ੍ਹੇ ਅਤੇ ਮੂਹਰੋਂ ਕਾਰ ਦੇ ਵਿੱਚ ਟਕਰਾ ਗਏ ਇਹ, ਅਤੇ ਦੋਨਾਂ ਦੀ ਪਿਓ ਪੁੱਤਾਂ ਦੀ ਮੌਤ ਹੋ ਗਈ ਉੱਥੇ। ਪਤਾ ਨਹੀਂ ਬਸ ਇੱਧਰੋਂ ਤਾਂ ਜਦੋਂ ਪਿੰਡੋਂ ਤੁਰਿਆ 20 ਮਿੰਟਾਂ ਪਿੱਛੋਂ ਫੋਨ ਆ ਗਿਆ ਵੀ ਇਹਨਾਂ ਦੀ ਡੈਥ ਹੋ ਗਈ, ਕਾਰ ਟਕਰਾ ਗਈ ਇਹਨਾਂ 'ਚ, ਦੋਨਾਂ ਮੌਕੇ 'ਤੇ ਮੌਤ ਹੋ ਗਈ। ਪਿਓ ਪੁੱਤ ਸੀ ਦੋਵੇਂ, ਬੇਟੇ ਅਤੇ ਬੱਚੇ ਦੋ।